ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਇਸ ਵੀਡੀਓ ਵਿੱਚ ਆਪਾਂ 1 ਵਰਡ ਸਬਸਟੀਟਿਊਸ਼ਨ ਦੇ ਰਿਗਾਰਡਿੰਗ ਕੁਝ ਇੰਪੋਰਟੈਂਟ ਕੁਐਸਚਨਸ ਕਵਰ ਕਰਾਂਗੇ ਜਿਹੜੇ ਐਗਜ਼ਾਮ ਦੇ ਪੋਰਟ ਆਫ ਵਿਊ ਨਾਲ ਕਾਫੀ ਇੰਪੋਰਟੈਂਟ ਹੈ ਠੀਕ ਹੈ ਤੇ ਇੱਕ ਗੱਲ ਹੋਰ ਦੋਸਤੋ ਇਹ ਫਰਸਟ ਪਾਰਟ ਹੈ ਐਂਡ ਇਜ਼ ਅ ਸੈਕੰਡ ਪਾਰਟ ਮੈਂ ਉਦੋਂ ਪ੍ਰੋਵਾਈਡ ਕਰਵਾਵਾਂਗਾ ਜਦੋਂ ਇਸ ਵੀਡੀਓ ਤੇ 100 ਲਾਈਕ ਤੇ 50 ਕਮੈਂਟ ਆਗੇ ਠੀਕ ਹੈ ਉਸ ਤੋਂ ਪਹਿਲਾਂ ਮੈਂ ਇਸ ਦਾ ਸੈਕੰਡ ਪਾਰਟ ਨਹੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗਾ ਇਸ ਕਰਕੇ ਪਲੀਜ਼ ਵੀਡੀਓ ਨੂੰ ਲਾਈਕ ਕਰੋ ਐਂਡ ਕਮੈਂਟ ਕਰੋ ਜੇ ਤੁਸੀਂ ਇਸ ਦਾ ਨੈਕਸਟ ਪਾਰਟ ਦੇਖਣਾ ਚਾਹੁੰਦੇ ਹੋ ਤਾਂ ਓਕੇ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਜਲਦੀ ਨਾਲ ਕੁਐਸਚਨ ਸਟਾਰਟ ਕਰ ਲੈਂਦੇ ਹਾਂ ਕੁਐਸਚਨ ਇਸ ਟਾਈਪ ਦੇ ਨੇ ਤੁਹਾਨੂੰ ਇੱਕ ਅੰਦਾਜ਼ਾ ਹੋ ਜਾਵੇਗਾ ਕਿ ਐਗਜ਼ਾਮ ਵਿੱਚ ਕਿਸ ਟਾਈਪ ਦੇ ਕੁਐਸਚਨ ਪੁੱਛੇ ਜਾਂਦੇ ਨੇ ਠੀਕ ਹੈ ਵਨ ਵਰਡ ਸਬਸਟੀਟਿਊਸ਼ਨ ਦੇ ਤਾਂ ਸਭ ਤੋਂ ਪਹਿਲਾ ਕੁਐਸਚਨ ਕੀ ਕਹਿੰਦਾ ਹੈ ਇਹ ਮੈਨ ਹੂ ਇट्स ਹਿਊਮਨ ਵਿੰਗਸ ਠੀਕ ਹੈ ਜੋ ਇਸ ਤਰ੍ਹਾਂ ਦਾ ਆਦਮੀ ਜੋ ਆਦਮੀਆਂ ਨੂੰ ਖਾਂਦਾ ਠੀਕ ਹੈ ਜੋ ਹਿਊਮਨ ਨੂੰ ਖਾਂਦਾ ਜਾਂ ਪੀਪਲਸ ਨੂੰ ਖਾਂਦਾ ਤਾਂ ਉਸ ਨੂੰ ਕੀ ਕਹਿੰਦੇ ਨੇ ਕਵੈਸਚਨ ਇਸ ਤਰ੍ਹਾਂ ਦਾ ਪੁੱਛਿਆ ਜਾਵੇਗਾ ਨਿਸ਼ਚਿਤ ਚਾਰ ਆਪਸ਼ਨ ਹੋਣਗੇ ਕ੍ਰਿਮੀਨਲ ਮੈਨ이터 ਵੀਸਟ ਜਾਂ ਕੈਨੀਵਲ ਤਾਂ ਇਸ ਦਾ ਰਾਈਟ ਆਨਸਰ ਹੈ ਜਿਹੜਾ ਆਪਸ਼ਨ ਨੰਬਰ 4 ਹੈ ਕੈਨੀਵਲ ਕਿਹਾ ਜਾਂਦਾ ਹੈ ਜੋ ਆਦਮੀ ਨੂੰ ਖਾਂਦਾ ਉਹਨਾਂ ਨੂੰ ਕੈਨੀਵਲ ਕਿਹਾ ਜਾਂਦਾ ਠੀਕ ਹੈ ਤੇ ਕ੍ਰਿਮੀਨਲ ਮੈਨੇ ਪਤਾ ਆਪਾਂ ਨੂੰ ਸਭ ਨੂੰ ਪਤਾ ਹੈ ਕੀ ਹੁੰਦਾ ਅਪਰਾਧੀ ਹੁੰਦਾ ਮੈਨ이터 ਹੋਈ ਹੀ ਨਹੀਂ ਸਕਦਾ ਕਿਉਂਕਿ ਜਿਹੜਾ ਟੋਪਿਕ ਹੈ ਵਨ ਵਰਡ ਸਬਸਟੀਟਿਊਸ਼ਨ ਇਸ ਦਾ ਮਤਲਬ ਹੈ ਕਿ ਇੱਕ ਵਰਡ ਵਿੱਚ ਉੱਤਰ ਦਿਓ ਸਿੰਪਲ ਜੀ ਗੱਲ ਹੈ ਤਾਂ ਇਹ ਦੋ ਵਰਡ ਹੋਗੇ ਨਾ ਮੈਨਹੈਟਰ ਤਾਂ ਇਹ ਹੋ ਹੀ ਨਹੀਂ ਸਕਦਾ ਠੀਕ ਹੈ ਇਹ ਗੱਲ ਵੀ ਯਾਦ ਰੱਖਿਓ ਤੇ ਵਿਸ਼ਟਮੈਨ ਕੀ ਰਕਸ਼ਚ ਹੁੰਦਾ ਇਹ ਵੀ ਨਹੀਂ ਹੈ ਤਾਂ ਕੈਨੀਵਲ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 2 ਦੀ ਗੱਲ ਕਰੀਏ ਇਹ ਪਰਸਨ ਹੂ ਬੀਲੀਵਸ ਦੈਟ ਗੋਡ ਇਜ਼ एवरीथिंग ਐਂਡ एवरीथिंग ਇਜ਼ ਗੋਡ ਇੱਕ ਪਰਸਨ ਜੋ ਵਿਸ਼ਵਾਸ ਕਰਦਾ ਹੈ ਕਿ ਗੋਡ ਹਰ ਜਗ੍ਹਾ ਤੇ ਹੈ ਤੇ ਹਰ ਜਗ੍ਹਾ ਹੀ ਗੋਡ ਹੈ ਇਸ ਚੀਜ਼ ਤੇ ਵਿਸ਼ਵਾਸ ਕਰਦਾ ਉਸ ਨੂੰ ਕੀ ਕਿਹਾ ਜਾਂਦਾ ਦੇਖੋ ਐਗਨੋਸਟਿਕ ਨੂੰ ਤਾਂ ਜਿਵੇਂ ਆਪਾਂ ਕਹਿ ਦੇਣਾ ਕਿ ਨਾਸਤਿਕ ਹੈ ਭਗਵਾਨ ਵਿੱਚ ਵਿਸ਼ਵਾਸ ਨਹੀਂ ਹੈ ਉਹ ਹੁੰਦਾ ਐਗਨੋਸਟਿਕ ਤਾਂ ਤੇ ਥੀਇਸਟ ਕਿਹ ਹੁੰਦਾ ਜਿਹੜਾ ਪਰਮਾਤਮਾ ਵਿੱਚ ਵਿਸ਼ਵਾਸ ਰੱਖਦਾ ਉਹ ਥੀਇਸਟ ਹੁੰਦਾ ਠੀਕ ਹੈ ਤੇ ਪੈਂਥੀਸਟ ਕਿਹੜਾ ਹੁੰਦਾ ਪੈਂਥੀਸਟ ਕਿਹੜਾ ਹੁੰਦਾ ਜੋ ਇਹ ਮੰਨਦਾ ਹੈ ਜਿਵੇਂ ਸਾਧੂ ਸੰਤ ਹੋ ਗਏ ਹਰ ਚੀਜ਼ ਵਿੱਚ ਜਿਹੜੀ ਵੀ ਦੁਨੀਆ ਵਿੱਚ ਆਈ ਚੀਜ਼ ਹਰ ਚੀਜ਼ ਵਿੱਚ ਭਗਵਾਨ ਦਾ ਰੂਪ ਦੇਖਦਾ ਠੀਕ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਊਗਾ ਆਪਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਹੋ ਜਾਵੇਗਾ ਪੈਂਥੀਸਟ ਇਜ਼ ਦਾ ਰਾਈਟ ਉੱਤਰ ਹੈ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 3 ਦੀ ਗੱਲ ਕਰੀਏ ਇਹ ਪਰਸਨ ਹੂ ਇਜ਼ ਮੋਰ ਦੈਨ 100 ਇਅਰਸ 올ਡ ਜੋ 100 ਸਾਲਾਂ ਤੋਂ ਵੱਧ ਦਾ ਹੈ ਉਸ ਪਰਸਨ ਨੂੰ ਕੀ ਕਿਹਾ ਜਾਂਦਾ ਹੈ ਦੇਖੋ ਸੈਂਚੂਰੀਅਲ ਹੁੰਦਾ ਜਿਹੜਾ ਉਹ ਇਹ ਆਪਾਂ ਕਾਦੇ ਵਾਸਤੇ ਯੂਜ਼ ਕਰ ਲੈਣਾ ਸਦੀ ਵਾਸਤੇ ਜਿਵੇਂ ਹੈ ਨਾ 15ਵੀਂ ਸਦੀ 15ਵੀਂ ਸੈਂਚੂਰੀਅਲ ਇਸ ਵਾਸਤੇ ਯੂਜ਼ ਕਰ ਲੈਣਾ ਠੀਕ ਹੈ ਇਹ ਤਾਂ ਹੈ ਨਹੀਂ ਆਨਸਰ ਇਸ ਤੋਂ ਬਾਅਦ ਕੁਐਸਚਨ ਪੁਆਇੰਟ ਨੰਬਰ 2 ਕੀ ਹੈ ਸੈਂਟ ਕਿਊਰੇਟਰ ਸੈਂਚੂਰੇਟਰ ਕੀ ਹੁੰਦਾ ਦੋਸਤੋ ਇਹ ਹੁੰਦਾ ਇੱਕ ਪਰਸਨ ਹੁੰਦਾ ਜੋ ਸਦੀਆਂ ਦੀ ਗੱਲ ਕਰਦਾ ਉਸ ਨੂੰ ਆਪਾਂ ਸੈਂਚੂਰੇਟਰ ਕਹਿ ਦਿੰਦੇ ਹਾਂ ਠੀਕ ਹੈ ਤੇ ਇਸ ਤੋਂ ਇਲਾਵਾ ਕੀ ਹੈ ਸੈਂਚੂਰੀਅਨ ਸੈਂਚੂਰੀਅਨ ਇੱਕ ਸਦਾ ਬਹਾਰ ਇਜ਼ ਦਾ ਸਿੰਪਲ ਜਿਹਾ मीनिंग ਤੁਹਾਨੂੰ ਦੱਸਦਾ ਸਦਾ ਬਹਾਰ ਜਾਂ ਮਤਲਬ ਆਲ ਰੌਂਡਰ ਆਪਾਂ ਕਹਿ ਸਕਦੇ ਹਾਂ ਇਜ਼ ਦਾ मीनिंग ਇਹ ਹੁੰਦਾ ਤਾਂ ਆਪਸ਼ਨ ਨੰਬਰ 4 ਹੈ ਜਿਹੜਾ ਸੈਂਟਨਰੀਅਨ ਇਜ਼ ਦਾ ਰਾਈਟ ਆਨਸਰ ਹੈ ਠੀਕ ਹੈ ਸੈਂਟਨਰੀਅਨ ਇਜ਼ ਦਾ ਰਾਈਟ ਆਨਸਰ ਹੈ ਜੋ ਪਰਸਨ ਸੋ ਸਾਲਾਂ ਤੋਂ ਉੱਪਰ ਦਾ ਹੁੰਦਾ ਹੈ ਨਾ ਮੋਰ ਥੈਨ 100 ਇਅਰ 올ਡ ਹੁੰਦਾ ਉਸ ਨੂੰ ਕੀ ਕਹਿੰਦੇ ਹਨ ਸੈਂਟੇਨੈਰੀਅਨਸ ਕਿਹਾ ਜਾਂਦਾ ਠੀਕ ਹੈ ਹੁਣ ਮੈਨੂੰ ਪਤਾ ਕਈ ਬੱਚਿਆਂ ਨੂੰ ਇਹ ਚੀਜ਼ਾਂ ਸਮਝ ਚ ਨਹੀਂ ਆਉਣਗੀਆਂ ਕਿਉਂਕਿ ਉਹ ਪੰਜਾਬੀ ਵੀ ਨਾਲ ਡਿਮਾਂਡ ਡਿਮਾਂਡ ਕਰਨਗੇ ਦੇਖੋ ਮੈਂ ਅਲੱਗ ਤੋਂ ਮੇਰੇ ਕੋਲ ਜਿਹੜਾ ਕਿ ਹੈਂਡ ਮੇਡ ਨੋਟਸ ਤਿਆਰ ਕੀਤੇ ਹੋਏ ਨੇ ਜਿਸ ਵਿੱਚ 200 ਪਲੱਸ 1 ਵਰਡ ਸਬਸਟੀਟਿਊਸ਼ਨ ਦੇ ਰਿਗਾਰਡਿੰਗ ਜਿਹੜੇ ਕੁਐਸਚਨ ਤੇ ਉਸਦੇ ਪੰਜਾਬੀ ਵਿੱਚ ਆਨਸਰ ਸਾਰਾ ਕੁਝ ਮਤਲਬ ਕਵਰ ਅਪ ਹੈ ਹੁਣ ਜੇ ਤੁਸੀਂ ਕਮੈਂਟ ਕਰ ਦਿਓ ਲਾਈਕ ਕਰ ਦਿਓ ਤਾਂ ਮੈਂ ਸ਼ਾਇਦ ਕੱਲ ਦੀ ਕਲਾਸ ਵਿੱਚ ਸਾਰੇ ਹੀ ਉਹ ਥਿਊਰੀ ਜਿਹੜੇ ਨੋਟਸ ਬਣਾਏ ਹੋਏ ਨੇ ਉਹਨਾਂ ਦੇ ਨਾ ਪੀਡੀਐਫ ਬਣਾ ਕੇ ਉਹ ਤੁਹਾਨੂੰ ਪੇਸ਼ ਕਰਾ ਦਾਂ ਠੀਕ ਹੈ ਤਾਂ ਕਰਕੇ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰ ਲੋ ਤੇ ਸਾਰੇ ਹੀ ਜਿਹੜੇ ਦੋ 200 ਪਲੱਸ ਕੁਐਸਚਨਸ ਨੇ ਸਾਰੇ ਹੀ ਇਗਜ਼ਾਮ ਦੇ ਪੁਆਇੰਟ ਆਫ 뷰 ਨਾਲ ਉਹ ਇੰਪੋਰਟੈਂਟ ਹੈ ਠੀਕ ਹੈ ਇਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਗੱਲ ਕਰੀਏ 1 ਹੂ ਲਵਸ ਮੈਨਕਾਇੰਡ ਮੈਨਕਾਇੰਡ ਮਤਲਬ ਦੋਸਤੋ ਜੋ ਮਨੁੱਖੀ ਸੇਵਾ ਕਰਨ ਵਿੱਚ ਪਿਆਰ ਰੱਖੇ ਇਸ ਨੂੰ ਕਹਿੰਦੇ ਜਾਂ ਦਇਆਲਤਾ ਨੂੰ ਪਿਆਰ ਕਰੇ ਜੋ ਹਿਊਮਨ ਬੀਿੰਗ ਹੁੰਦੇ ਨੇ ਉਹਨਾਂ ਨੂੰ ਪਿਆਰ ਕਰੇ ਤਾਂ ਇਸ ਦਾ ਵਨ ਵਰਡ ਸਬਸਟੀਟਿਊਸ਼ਨ ਕਿਹੜਾ ਹੋਵੇਗਾ ਹਿਊਮਨਿਸਟ ਤਾਂ ਹੁੰਦੇ ਨੇ ਦੋਸਤੋ ਇਸ ਦਾ ਮਤਲਬ ਕੀ ਹੁੰਦਾ ਹੈ ਹਿਊਮਨਿਸਟ ਦਾ ਜਿਹੜਾ ਸਿਰਫ ਮਨੁੱਖਾਂ ਵਿੱਚ ਵਿਸ਼ਵਾਸ ਰੱਖੇ ਤੇ ਫਲੋਜੀਸਟ ਕੀ ਹੁੰਦਾ ਜਿਹੜਾ ਕਿ ਫਲੋ ਫਲੋਜੀ ਦੇ ਸਬਜੈਕਟ ਨੂੰ ਹੁੰਦਾ ਉਸ ਦਾ ਅਧਿਐਨ ਕਰਦਾ ਹੋਵੇ ਤੇ ਇਸ ਤਰ੍ਹਾਂ ਫਿਲਾਸਫਰ ਆਪਾਂ ਨੂੰ ਪਤਾ ਜਿਹੜਾ ਗਿਆਨ ਮੰਡਦਾ ਹੋਵੇ ਉਸ ਨੂੰ ਆਪਾਂ ਫਿਲਾਸਫਰ ਕਹਿ ਦਿੰਦੇ ਆ ਤਾਂ ਇਸ ਦਾ ਰਾਈਟ ਅਨਸਰ ਕਿਹੜਾ ਹੋ ਜਾਏਗਾ ਆਪਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਹੈ ਫਿਲੈਂਥਰੋਪਿਸਟ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਓਕੇ ਇਸ ਤੋਂ ਬਾਅਦ ਅਗਲਾ ਕੁਐਸਚਨ ਦੀ ਗੱਲ ਕਰੀਏ ਤਾਂ ਪ੍ਰੋਡਕਸ਼ਨ ਆਫ ਸਿਲਕ ਐਂਡ देयर ਰੇਅਰਿੰਗ ਆਫ ਸਿਲਕ ਵਰਮਸ ਮਤਲਬ ਕਿ ਜਿੱਥੇ ਸਿਲਕ ਬਣਦਾ ਹੈ ਤੇ ਸਿਲਕ ਬਣਾਉਣ ਵਾਲੇ ਕੀੜਿਆਂ ਨੂੰ ਪਾਲਿਆ ਜਾਂਦਾ ਠੀਕ ਹੈ ਸਿਲਕ ਦੇ ਪਰਪਸ ਨਾਲ ਉਸ ਜਗ੍ਹਾ ਨੂੰ ਕੀ ਕਿਹਾ ਜਾਂਦਾ ਠੀਕ ਹੈ ਤੇ ਸਭ ਤੋਂ ਇਹਦਾ ਰਾਈਟ ਆਨਸਰ ਤੋਂ ਮੁੰਦਾਸ ਦੀਨੇ ਕੀ ਹੈ ਆਪਸ਼ਨ ਨੰਬਰ 3 ਹੈ ਸੈਰੀ ਕਲਚਰ ਉਸ ਨੂੰ ਕਿਹਾ ਜਾਂਦਾ ਰੇਸ਼ਮ ਦੇ ਕੀੜੇ ਜਿਨ੍ਹਾਂ ਤੋਂ ਸਿਲਕ ਨਿਕਾਲੀ ਜਾਂਦੀ ਹੈ ਤੇ ਰੇਸ਼ਮ ਦੇ ਕੀੜੇ ਪਾਲੇ ਜਾਂਦੇ ਨੇ ਇਸ ਦਾ ਰਾਈਟ ਆਨਸਰ ਹੈ ਇਸ ਤੋਂ ਬਾਅਦ ਵਿਟਿਕਲਚਰ ਦੀ ਗੱਲ ਕਰੀਏ ਇਸ ਤੋ ਇਹ ਇਸ ਦਾ ਕੀ ਮਤਲਬ ਹੁੰਦਾ ਜਿੱਥੇ ਅੰਗੂਰਾਂ ਤੋਂ ਸ਼ਰਾਬ ਬਣਾਈ ਜਾਂਦੀ ਹੈ ਠੀਕ ਹੈ ਉਸ ਨੂੰ ਕੀ ਕਹਿੰਦੇ ਆਪਾਂ ਵਿਟਿਕਲਚਰ ਕਹਿੰਦੇ ਆ ਤੇ ਹਾਰਟੀਕਲਚਰ ਕਿਹਨੂੰ ਕਹਿੰਦੇ ਆਪਾਂ ਹਾਰਟੀਕਲਚਰ ਹੋਉਂਦਾ ਦੋਸਤੋ ਜਿੱਥੇ ਆਪਾਂ ਬਾਗਬਾਨੀ ਕਰਦੇ ਹਾਂ ਬਾਗ ਵਿੱਚ ਫੁੱਲ ਬੁੱਟੇ ਲਾਉਂਦੇ ਹਾਂ ਹਨਾ ਉਸ ਨੂੰ ਆਪਾਂ ਹਾਰਟੀਕਲਚਰ ਕਹਿੰਦੇ ਆ ਤੇ ਪਿਸਕੀ ਕਲਚਰ ਕਿਹਨੂੰ ਕਹਿੰਦੇ ਆਪਾਂ ਮੱਛੀਆਂ ਦੇ ਨਾਲ ਰਿਲੇਟਡ ਮਤਲਬ ਕਿ ਮੱਛੀਆਂ ਦੇ ਉਤਪਾਦਨ ਦੇ ਨਾਲ ਰਿਲੇਟਡ ਹੁੰਦਾ ਹੈ ਪਿਸਕੀ ਕਲਚਰ ਓਕੇ ਇਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਗੱਲ ਕਰੀਏ ਦਾ ਮੇਨ ਬੋਡੀ ਆਫ ਐਨ 에어ਕ੍ਰਾਫਟ ਇਹ ਐਰੋਪਲੇਨ ਹੁੰਦਾ ਜਿਵੇਂ ਇਹ ਐਰੋਪਲੇਨ ਹੈ ਠੀਕ ਹੈ ਤੇ ਇਸ ਦੀ ਮੇਨ ਬੋਡੀ ਨੂੰ ਕੀ ਕਹਿੰਦੇ ਨੇ ਇਸ ਵਿੱਚ ਇਹ ਪੁੱਛਿਆ ਗਿਆ ਠੀਕ ਹੈ ਐਰੋਪਲੇਨ ਦੀ ਜਿਹੜੀ ਇਹ ਮੇਨ ਬੋਡੀ ਹੁੰਦੀ ਇਸ ਨੂੰ ਕੀ ਕਹਿੰਦੇ ਨੇ ਤਾਂ ਇਸ ਨੂੰ ਕੀ 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 ਕਿਹਾ ਜਾਂਦਾ ਹੈ ਫਿਊਲੇਜ ਇਸ ਨੂੰ ਕਿਹਾ ਜਾਂਦਾ ਠੀਕ ਹੈ ਇਸ ਦਾ ਰਾਈਟ ਆਨਸਰ ਹੋਗਾ ਆਪਸ਼ਨ ਨੰਬਰ 4 ਤੇ ਕੋਕਪਿਟ ਕਿਹੜਾ ਹੁੰਦਾ ਦੋਸਤੋ ਜਿਹੜਾ ਅੰਦਰ ਇੱਥੇ ਹੁੰਦਾ ਨਾ ਜਿੱਥੇ ਪਾਇਲਟਸ ਬੈਠੇ ਹੁੰਦੇ ਨੇ ਇੱਥੇ ਉਹਨੂੰ ਕਾਕਪਿਟ ਕਿਹਾ ਜਾਂਦਾ ਹੈ ਤੇ ਜਿਹੜੇ ਕੈਨੋਪੀ ਹੁੰਦਾ ਉਹ ਜਿਹੜੇ ਮਿਰਰ ਹੁੰਦੇ ਇਹਦੇ ਸ਼ੀਸ਼ੇ ਹੁੰਦੇ ਨੇ ਉਹਨਾਂ ਨੂੰ ਕੈਨੋਪੀ ਕਿਹਾ ਜਾਂਦਾ ਹੈ ਤੇ ਛਾਸੀ ਜਿਵੇਂ ਕਿ ਤੁਹਾਨੂੰ ਪਤਾ ਹੈ ਜਿਸ ਦੇ ਉੱਪਰ ਇਹ ਪੂਰੀ ਬੋਡੀ ਟਿੱਕੀ ਹੁੰਦੀ ਹੈ ਉਸਨੂੰ ਆਪਾਂ ਛਾਸੀ ਦੇ ਨਾਮ ਨਾਲ ਜਾਣਦੇ ਹਾਂ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ 4 ਇਸ ਦਾ ਰਾਈਟ ਆਨਸਰ ਹੈ ਇਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਗੱਲ ਕਰੀਏ ਹੈਵਿੰਗ ਕੰਪਲੀਟ ਪਾਵਰ ਜਿਸ ਵਿੱਚ ਬਹੁਤ ਸਾਰੀ ਸ਼ਕਤੀਆਂ ਹੋਣ ਸ਼ਕਤੀ ਹੋਵੇ ਜਾਂ ਪਾਵਰ ਹੋਵੇ ਤਾਂ ਉਸਨੂੰ ਕੀ ਕਿਹਾ ਜਾਂਦਾ ਹੈ ਤਾਂ ਉਸਨੂੰ ਆਪਸ਼ਨ ਨੰਬਰ 4 ਓਮਨੀ ਪੋਟੈਂਟ ਕਿਹਾ ਜਾਂਦਾ ਪੋਟੈਂਟ ਓਮਨੀ ਮੈਨੇ ਕੀ ਹੁੰਦਾ ਸਰਵ ਗੁਣ ਕਹਿ ਸਕਦੇ ਆ ਓਮਨੀ ਦਾ मीनिंग ਤੇ ਪੋਟੈਂਟ ਪੋਟੈਂਸ਼ੀਅਲ ਪੋਟੈਂਸ਼ੀਅਲ ਮੈਨੇ ਕੀ ਹੁੰਦਾ ਤੁਹਾਨੂੰ ਪਤਾ ਸ਼ਕਤੀ ਆ ਠੀਕ ਆ ਇਸ ਦਾ ਰਾਈਟ ਕੀ ਹੋ ਜਾਏਗਾ ਓਮਨੀ ਪੋਟੈਂਟ ਇਸ ਦਾ ਰਾਈਟ ਆਨਸਰ ਹੈ ਇਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਗੱਲ ਕਰੀਏ ਇਹ ਡਿਸੀਜ਼ ਵਿੱਚ ਸੈਪਰੇਟ ਵਿਦ ਕੰਟੈਕਟ ਇਸ ਤਰ੍ਹਾਂ ਦੀ ਬਿਮਾਰੀ ਜੋ ਵੀ ਕੰਟੈਕਟ ਨਾਲ ਫੈਲਦੀ ਹੈ ਠੀਕ ਹੈ ਤਾਂ ਉਸ ਨੂੰ ਕੀ ਕਹਿੰਦੇ ਨੇ ਉਸ ਨੂੰ ਆਪਸ਼ਨ ਨੰਬਰ 1 ਇਸ ਦਾ ਰਾਈਟ ਆਨਸਰ ਹੈ ਕੋਂਟੇਜੀਅਸ ਇਸ ਨੂੰ ਕਿਹਾ ਜਾਂਦਾ ਠੀਕ ਹੈ ਇਸ ਦੇ ਨਾਂ ਤੇ ਇੱਕ ਫਿਲਮ ਵੀ ਬਣੀ ਸੀ ਹਾਲੀਵੁੱਡ ਦੀ ਹਾਲੀਵੁੱਡ ਦੀ ਫਿਲਮ ਸੀ ਜਿਸ ਵਿੱਚ ਦਿਖਾਇਆ ਗਿਆ ਕਿਸੇ ਬਿਮਾਰੀ ਇੱਕ ਤੋਂ ਦੂਜੇ ਤੱਕ ਫੈਲ ਕੇ ਕਿਵੇਂ ਸਾਰਾ ਹੀ ਜਿਹੜਾ ਸ਼ਹਿਰ ਹੈ ਉਹ ਤਬਾਹ ਹੋ ਜਾਂਦਾ ਠੀਕ ਹੈ ਤਾਂ ਯਾਦ ਰੱਖਿਓ ਕੋਨਟੇਜੀਅਸ ਕੀ ਹੁੰਦਾ ਡਿਸੀਜ਼ ਦੇ ਮਤਲਬ ਕਿ ਉਹਨੂੰ ਪ੍ਰੋਸੈਸ ਨੂੰ ਕਹਿ ਦਿੰਦੇ ਆ ਬਿਮਾਰੀ ਫੈਲਣ ਦੀ ਪ੍ਰੋਸੈਸ ਨੂੰ ਆਪਾਂ ਕੋਨਟੇਜੀਅਸ ਕਹਿ ਦਿੰਦੇ ਆ ਓਕੇ ਇਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਗੱਲ ਕਰੀਏ ਇਨਕੇਪेबल ਆਫ ਵਿੰਗ ਰੀਡ ਜਿਹੜਾ ਪੜ੍ਹ ਨਾ ਸਕੇ ਠੀਕ ਹੈ मीनिंग ਕੀ ਹੈ ਜੇ ਜਿਹੜਾ ਪੜ੍ਹ ਨਾ ਸਕੇ ਉਹਨੂੰ ਉਸ ਨੂੰ ਆਪਾਂ ਕੀ ਕਹਿੰਦੇ ਆ ਤਾਂ ਉਹਨੂੰ ਆਪਾਂ ਇਲਿਜੀਬਲ ਕਹਿੰਦੇ ਆ ਠੀਕ ਹੈ ਇਲਿਜੀਬਲ ਓਕੇ ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ 1 ਰਾਈਟ ਆਨਸਰ ਹੋ ਜਾਵੇਗਾ ਇਸ ਤੋਂ ਬਾਅਦ ਦੇਖੋ ਕੁਐਸਚਨ ਐਗਜ਼ਾਮ ਵਿੱਚ ਤੁਹਾਨੂੰ ਇਸ ਟਾਈਪ ਵਿੱਚ ਲਿਖਿਆ ਹੋਵੇਗਾ ਠੀਕ ਹੈ ਇਹ ਤਾਂ ਇਹਨਾਂ ਨੇ ਇੱਥੇ ਦੱਸਿਆ ਕਿ ਜਿਸ ਸਵਾਲ ਦਾ ਕਰਨਾ ਕੀ ਹੈ ਇਹ ਤਾਂ ਆਪਣੇ ਕੰਮ ਦਾ ਹੈ ਨਹੀਂ ਵੈਸੇ ਬਟ ਇਹ ਪੜ ਕੇ ਹੀ ਆਪਾਂ ਆਨਸਰ ਕਰਨਾ ਤੇ ਇਹ ਹੀ ਕੁਐਸਚਨ ਆਪਣਾ ਠੀਕ ਹੈ 1 ਹੂ ਇਸ ਅਨ ਐਵਰਟ ਟੂ ਰੀਡ ਐਂਡ ਰਾਈਟ ਜਿਹੜਾ ਨਾ ਤਾਂ ਪੜ ਸਕਦਾ ਜਿਹੜਾ ਨਾਲ ਤਾਂ ਲਿਖ ਸਕਦਾ ਉਸ ਨੂੰ ਆਪਾਂ ਕੀ ਕਹਿੰਦੇ ਆ অপਸ਼ਨ ਨੰਬਰ 2 ਇਲਿਟਰੇਟ ਕਹਿੰਦੇ ਆ ਠੀਕ ਹੈ ਬਾਕੀ ਇਲਿਟਰੇਟ ਆਪਾਂ ਕਈ ਫਿਲਮਾਂ ਵਿੱਚ ਨਾਮ ਵੀ ਇਹ ਵਰਡ ਵੀ ਸੁਣਦੇ ਆ ਹਨਾ ਕਈ ਹੀਰੋਇਨਸ ਹੁੰਦੀ ਜਿਹੜੀ ਉਹ ਐਕਟਰ ਨੂੰ ਕਹਿ ਦਿੰਦੀਆਂ ਨੇ ਵੀ ਇਲਿਟਰੇਟ ਪਰਸਨ ਕੁਝ ਇਸ ਤਰ੍ਹਾਂ ਦਾ ਤਾਂ ਕਰਕੇ ਯਾਦ ਰੱਖੋ ਜਿਹੜਾ ਲਿਖ ਨਾ ਸਕੇ ਤੇ ਪੜ ਨਾ ਸਕੇ ਉਸ ਨੂੰ ਕੀ ਇਲਿਟਰੇਟ ਪਰਸਨ ਕਹਿ ਦਿੰਦੇ ਆ ਉਹ ਦੋਸਤੋ ਹੁਣ ਫਟਾਫਟ ਕਮੈਂਟ ਕਰਕੇ ਦੱਸ ਦਿਓ ਇਸ ਦਾ ਨੈਕਸਟ ਪਾਰਟ ਤੁਹਾਨੂੰ ਚਾਹੀਦਾ ਹੈ ਜਾਂ